ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ ਪੂਰੇ ਸ਼ਹਿਰ 'ਚ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ ਅਤੇ ਈਓ ਬਲਜੀਤ ਸਿੰਘ ਬਿਲਗਾ ਨੇ ਸਮੂਹ ਸਫਾਈ ਕਰਮਚਾਰੀਆਂ ਨਾਲ ਮਿਲ ਕੇ ਸ਼ਹਿਰ ਦੀ ਹਰ ਗਲੀ ਦਾ ਦੌਰਾ ਕੀਤਾ ਤੇ ਜਿੱਥੇ ਕਿਤੇ ਕੂੜਾ ਮਿਲਿਆ ਉਸ ਨੂੰ ਨਾਲ ਦੀ ਨਾਲ ਸਾਫ਼ ਵੀ ਕਰਵਾਇਆ ਗਿਆ। ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਸਫਾਈ ਅਭਿਆਨ ਦੇ ਚੱਲਦਿਆਂ ਸ਼ਹਿਰ 'ਚ 2390 ਦੇ ਕਰੀਬ ਡਸਟਬੀਨ ਰਖਵਾਏ ਜਾ ਰਹੇ ਨੇ। ਇਸ ਮੌਕੇ ਉਹਨਾਂ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਕਿ ਸਮਾਗਮਾਂ ਦੌਰਾਨ ਪਾਣੀ ਵਾਲੀਆਂ ਬੋਤਲਾਂ ਜਾਂ ਹੋਰ ਪਲਾਸਟਿਕ ਆਦਿ ਨੂੰ ਸੜਕਾਂ ਤੇ ਨਾ ਸੁੱਟਿਆ ਜਾਵੇ। ਸ਼ਹਿਰ ਵਾਸੀ ਸੁਲਤਾਨਪੁਰ ਲੋਧੀ ਬੋਲ ਰਿਹਾ, ਸਾਡੇ ਨਾਲ ਪ੍ਰਧਾਨ ਜੀ ਹੈ, ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਰੋਜ਼ਾਨਾ ਹੀ ਕਰ ਰਹੇ ਹਾਂ ਸਾਰਾ ਸਫਾਈ, ਬਾਹਰੋਂ ਵੀ ਸਟਾਫ ਆਇਆ ਨਾਲ ਸਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਮੈਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰੂੰਗਾ ਕਿ ਕੋਈ ਵੀ ਗੰਦ ਗੁੰਦ ਨਾ ਪਾਓ। ਇਹ ਗੁਰੂ ਨਾਨਕ ਦੇਵ ਜੀ ਦਾ ਅਸੀਂ 550 ਸਾਲਾਂ ਇਹ ਮਨਾ ਰਹੇ ਹਾਂ ਔਰ ਗੁਰਪੁਰਬ ਮਨਾ ਰਹੇ ਹਾਂ। ਇੱਥੇ ਇਹਨੂੰ ਗੁਰੂ ਨਾਨਕ ਦੇਵ ਦੀ ਚਰਨ ਛੂਹ ਪ੍ਰਾਪਤ ਧਰਤੀ ਕਿਹਾ ਗਿਆ ਹੈ ਔਰ ਮੈਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਾ, ਇਹ ਸਾਰਾ ਸ਼ਹਿਰ ਹੀ ਚਰਨ ਸਪਰਸ਼ ਹੈ ਗੁਰੂ ਨਾਨਕ ਦੇਵ ਜੀ ਦਾ, ਇਹਨੂੰ ਆਪਾਂ ਸਾਫ਼ ਸੁਥਰਾ ਰੱਖੀਏ। ਆਪਾਂ ਗੁਰਦੁਆਰੇ ਜਾ ਕੇ ਸਫਾਈ ਕਰਦੇ ਹਾਂ, ਨਾ ਕਿ ਸ਼ਹਿਰ ਦੇ ਵਿੱਚ ਵੀ ਸਫਾਈ ਰੱਖੀਏ। ਅਗਰ ਕੋਈ ਕੂੜਾ ਸੁੱਟਦਾ ਹੈ ਤਾਂ ਆਪ ਚੱਕੋ, ਅਗਲੇ ਨੂੰ ਆਪ ਨੂੰ ਆਪਾਂ ਉੱਚੇ ਹੋਵਾਂਗੇ ਅਗਲਾ ਨੀਵਾਂ ਹੋਏਗਾ, ਅਗਾਂਹ ਤੋਂ ਆਪਣੇ ਆਪ ਹੀ ਉਹ ਛੱਟੂਗਾ ਨਹੀਂ। ਇਹ ਮੈਂ ਕਹਿਣਾ ਚਾਹੁੰਦਾ, ਸਾਰਿਆਂ ਨੂੰ ਅਪੀਲ ਕਰਦਾ ਹਾਂ, ਸਾਡੇ ਈਐਸ ਆਫ ਉਹ ਸਾਡੇ ਨਾਲ ਮਿਹਨਤ ਕਰ ਰਹੇ ਆ, ਪ੍ਰਧਾਨ ਜੀ ਬਹੁਤ ਮਿਹਨਤ ਕਰ ਰਹੇ ਆ ਸ਼ਹਿਰ ਦੇ ਵਿੱਚ, ਤੁਸੀਂ ਰੋਜ਼ਾਨਾ ਹੀ ਦੇਖ ਕੇ ਜੀ ਸਕਦੇ ਹੋ ਕਿ ਥਾਂ ਥਾਂ 'ਤੇ ਲੱਗੇ ਹੋਏ ਆਪ ਸਾਰਾ ਕੁਛ ਕਰਦੇ ਆ। ਇਸ ਕਰਕੇ ਇਹਨਾਂ ਨੂੰ ਦੇਖਦੇ ਹੋਏ ਸ਼ਹਿਰ ਵਾਸੀਆਂ ਨੂੰ ਵੀ ਇਹ ਚਾਹੀਦਾ ਕਿ ਇਹਨਾਂ ਤੋਂ ਸਿੱਖਿਆ ਪ੍ਰਾਪਤ ਕਰਨ। ਅਸੀਂ ਵੀ ਖੁਦ ਇਹਨਾਂ ਦੇ ਨਾਲ ਆਪ ਜੁੜ ਕੇ ਅਤੇ ਜਿਹੜੀ ਪਬਲਿਕ ਆ ਉਹਨਾਂ ਨੂੰ ਵੀ ਨਾਲ ਜੁੜਿਆ ਹੋਇਆ ਵਾ, ਸਾਰੇ ਰਲ ਮਿਲ ਕੇ ਜਿਹੜੇ ਆ ਇਹ ਮੁਹਿੰਮ ਜਿਹੜੀ ਚਲਾਈ ਹੋਈ ਆ ਸਫਾਈ ਦੀ, ਤਾਂ ਜੋ 550 ਸਾਲਾਂ 'ਤੇ ਜਿਹੜੀ ਦੇਸ਼ ਵਿਦੇਸ਼ ਦੂਰੋਂ ਨੇੜਿਓਂ ਸੰਗਤ ਆਉਣੀ ਆ ਉਹਨਾਂ 'ਤੇ ਇੱਕ ਚੰਗਾ ਪ੍ਰਭਾਵ ਪਵੇ ਕਿ ਸੁਲਤਾਨਪੁਰ ਲੋਧੀ ਦੇ ਜਿਹੜੇ ਸ਼ਹਿਰ ਨਿਵਾਸੀ ਆ ਉਹ ਬੜੇ ਜਾਗਰੂਕ ਨੇ ਅਤੇ ਸਿਹਤ ਪੱਖੋਂ ਅਤੇ ਹਰ ਇੱਕ ਪੱਖੋਂ ਜਿਹੜੇ ਆ ਉਹ ਬੜੇ ਅਗਾਂਹ ਵਧੂ ਨੇ ਅਤੇ ਇੱਕ ਵਧੀਆ ਜਿਹੜਾ ਇੱਥੋਂ ਮੈਸੇਜ ਲੈ ਕੇ ਜਾਣ। ਸਾਡੇ ਵੱਲੋਂ ਰੋਜ਼ਾਨਾ ਹੀ ਜਿਹੜੀ ਆ ਜਿਸ ਤਰ੍ਹਾਂ ਨਗਰ ਕੀਰਤਨ ਆਉਂਦੇ ਆ ਉਹ ਉਹਨਾਂ ਦੇ ਕੋਲ ਪਾਣੀ ਦੀਆਂ ਬੋਤਲਾਂ ਜਾਂ ਪਾਊਚ ਹੁੰਦੇ ਆ ਪਾਣੀ ਦੇ, ਉਹ ਪਾਣੀ ਪੀ ਲੈਂਦੇ ਆ ਅਤੇ ਉਸ ਤੋਂ ਬਾਅਦ ਉਹ ਇੱਧਰ ਉੱਧਰ ਜਿਹੜੇ ਆ ਉਹ ਸੁੱਟ ਦਿੰਦੇ ਨੇ। 390 ਜਿਹੜੇ ਡਸਟਬਿਨ ਆ ਉਹ ਸ਼ਹਿਰ ਦੇ ਵਿੱਚ ਲਗਾਏ ਜਾ ਰਹੇ ਆ, ਵੱਡੇ 60 ਡਸਟਬਿਨ ਹੈਗੇ ਆ 4x4x4 ਦੇ, ਉਹ ਵੀ ਜਿਹੜੀਆਂ ਮੇਨ ਥਾਵਾਂ ਨੇ ਉੱਥੇ ਲਗਾਏ ਜਾ ਰਹੇ ਆ, ਪਾਰਕਿੰਗਾਂ ਦੇ ਵਿੱਚ ਲਗਾਏ ਜਾ ਰਹੇ ਹੈਗੇ ਆ। ਅਤੇ ਜਿਹੜੀ ਸੰਗਤ ਆਉਂਦੀ ਆ ਉਹਨਾਂ ਨੂੰ ਬੇਨਤੀ ਆ ਕਿ ਉਹਨਾਂ ਡਸਟਬਿਨ ਦੇ ਵਿੱਚ ਜਿਹੜਾ ਆ ਕੋਈ ਵੀ ਆਪਣਾ ਵੇਸਟ ਹੈਗੀ ਆ ਉਹਨਾਂ ਡਸਟਬਿਨਾਂ ਦੇ ਵਿੱਚ ਸੁੱਟਣ। ਸੁਲਤਾਨਪੁਰ ਲੋਧੀ ਤੋਂ ਸੰਦੀਪ ਓਬਰੋਏ ਦੀ ਰਿਪੋਰਟ, ਦਰਸ਼ਨ ਟੀਵੀ।